ਇੱਕ ਫਕੀਰ ਹੋਇਆ ਜੀ ਹਸਨ ਅਲੀ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਕਹਿੰਦੇ ਹਸਨ ਅਲੀ ਫਕੀਰ ਨੂੰ ਕਈ ਇਹਦੇ ਪ੍ਰੇਮੀ ਅੱਲਾ ਦਾ ਜਿਗਰ ਕਹਿੰਦੇ ਸੀ। ਅੱਲਾ ਦਾ ਜਿਗਰ ਹਿਰਦਾ ਇਹਨਾਂ ਕਮਾਈ ਹੈ। ਦੂਜਾ ਲਿਖਿਆ ਕਿ ਹਸਨ ਅਲੀ ਨੂੰ ਕਈ ਸਤਿਕਾਰ ਨਾਲ ਸੱਤਵੇਂ ਅਸਮਾਨ ਦਾ ਸਿਤਾਰਾ ਕਹਿੰਦੇ ਸੀ ਵੀ ਤੂੰ ਸੱਤਵੇਂ ਅਸਮਾਨ ਦਾ ਸਿਤਾਰਾ ਹੈ, ਤੇ ਕਈ ਕਹਿੰਦੇ ਸੀ ਅੱਲਾ ਦਾ ਜਿਗਰ। ਇੱਕ ਵਾਰੀ ਸੋਭਾ ਸੁਣ ਕੇ ਇਹ ਹਸਨ ਅਲੀ ਛੇਵੇਂ ਪਾਤਸ਼ਾਹ ਕੋਲ ਆਇਆ, ਗੱਜ ਕੇ ਆਖੋ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੋਭਾ ਸੁਣ। ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਮੈਨੂੰ ਬਹੁਤ ਗੱਲ ਵਧੀਆ ਲੱਗੀ ਸੁਣੇ ਉਹਨੇ, ਇਹ ਹਸਨ ਅਲੀ ਜਿਹਨੂੰ ਇੰਨਾ ਸਤਿਕਾਰ ਮਿਲਦਾ ਸੀ ਆਪਣੇ ਸੰਗੀਆਂ ਚੋਂ, ਅੱਲਾ ਦਾ ਜਿਗਰ ਹੈ ਸੱਤਵੇਂ ਸਮਾਨ ਦਾ ਸਿਤਾਰਾ, ਤੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਝੋਲੀ ਅੱਡ ਕੇ ਕਹਿੰਦਾ ਜੀ ਖੁਦਾ ਤੱਕ ਰਸਾਈ ਕਿਵੇਂ ਹੋਵੇ, ਗੱਜ ਕੇ ਆਖੋ ਸਤਿਨਾਮ। ਬੜੇ ਧਿਆਨ ਨਾਲ ਸੁਣੋ, ਖੁਦਾ ਤੱਕ ਰਸਾਈ ਕਿਵੇਂ ਹੋਵੇ, ਰਸਾਈ ਪਹੁੰਚਣਾ, ਖੁਦਾ ਤੱਕ ਰਸਾਈ ਕਿਵੇਂ ਹੋਵੇ। ਤੇ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਨੇ ਜਵਾਬ ਕੀ ਦਿੱਤਾ, ਮਹਾਰਾਜ ਕਹਿੰਦੇ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਕਰ ਤੇਰੀ ਖੁਦਾ ਤੱਕ ਰਸਾਈ ਹੋ ਜਾਏਗੀ। ਬੋਲੇ ਸੋਨਹਾ ਸਤਿ ਸ੍ਰੀ ਅਕਾਲ। ਮੇਰੇ ਲਈ ਵੀ ਮੰਗਿਓ ਜੀ, ਆਪਣੇ ਲਈ ਵੀ, ਆਪਣੇ ਪਰਿਵਾਰਾਂ ਲਈ ਵੀ। ਸਹੀ ਪਿਆਰੇ ਅਲੀ ਐਡੇ ਵੱਡੇ ਫਕੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਖੁਦਾ ਤੱਕ ਰਸਾਈ ਕਿਵੇਂ ਹੋਵੇ, ਉਹ ਕਹਿੰਦੇ ਮਾਰੇ ਕਹਿੰਦੇ ਭਲੇ ਪੁਰਸ਼ਾਂ ਦੀ ਸੰਗਤ ਕਰਿਆ ਤੇਰੀ ਖੁਦਾ ਤੱਕ ਰਸਾਈ ਹੋਈ।